ਵੈਲਕਮ ਆ ਮਿੱਤਰੋ, ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਟਰੈਕਟਰ ਦਾ ਕੰਮ ਕਰਾਉਣਾ ਜੌਨ ਡੀਅਰ ਦਾ। ਇਹ ਕੱਲ੍ਹ ਖੜਾਤਾ ਸੀਗਾ ਇੱਦਾਂ ਹੀ, ਕਿਉਂਕਿ ਇਹਦੀ ਬੈਲਟ ਦਾ ਕੰਮ ਜਿਹਾ ਹੋ ਗਿਆ ਅਲਟੀਮੇਟਰ ਵਾਲੀ ਦਾ। ਅੱਜ ਉਹਦਾ ਡਬਲ ਪੁਲੀ ਸਿਸਟਮ ਕਰਾ ਕੇ ਲਿਆਉਂਦੇ ਹਾਂ, ਦੇਖਦੇ ਹਾਂ ਪਹਿਲਾਂ ਵੀ ਮਿਸਤਰੀ ਮੰਨ ਜਾਵੇ, ਕਿਉਂਕਿ ਮਿਸਤਰੀ ਵੀ ਕਈ ਵਾਰ ਵਿਹਲਾ ਨਹੀਂ ਹੁੰਦਾ ਹੈ ਨਾ। ਅਤੇ ਤਿੰਨ ਚਾਰ ਮਿਸਤਰੀਆਂ ਲੈ ਫਿਰ ਕੇ ਆਉਣਾਗਾ, ਫਿਰ ਦੇਖਦੇ ਹਾਂ ਕਿਹੜਾ ਮੰਨਦਾ ਗਾ। ਚੱਕਦੇ ਹਾਂ ਮੋਟਰਸਾਈਕਲ ਅਤੇ ਤੇਲ ਤੂਲ ਚੈੱਕ ਕਰ ਲਈਏ ਹੋਰ ਕਿਤੇ। ਹਾਂ ਹਾਂਜੀ ਆ, ਫਿਰ ਤਾਂ ਮੁੜੇ ਉਹ ਜੇ ਰਿਜ਼ਰਵ 'ਚ ਹੁੰਦਾ ਫਿਰ ਨਹੀਂ ਮੁੜਦਾ ਹੈਗਾ ਇਹ, ਕਿਉਂਕਿ ਪਹਿਲਾਂ ਵੀ ਚੱਲਿਆ ਹੁੰਦਾ। ਆਹ ਪ੍ਰੋਬਲਮ ਹੈ ਇਹਦੀ, ਸਾਰਾ ਕੁਛ ਸਹੀ ਕਰਾਵਾਂਗੇ ਇਹ। ਚੱਕੋ ਜਲਦ ਹੀ ਪੁੱਤ, ਤੈਨੂੰ ਵੀ ਬਦਲਾਂਗੇ, ਤੇਰੀ ਜੂਨ ਬਦਲ ਜੂ, ਕੁਛ ਹੋਰ ਹੀ ਬਣ ਜਾਏਗਾ ਤੂੰ। ਚਲੋ ਕਿਹੜਾ ਚੱਲੀਏ, ਇਹ ਤਾਂ ਇਕੱਲਾ ਵਿਚਾਰੇ ਦਾ ਇੰਜਣ ਹੀ ਰਹਿ ਜਾਣਾ, ਬਾਹਲਾ ਪਾਵਰਫੁਲ ਇੰਜਣ ਆ ਬਾਈ ਇਹਦਾ, ਹੈ ਨਾ। ਅਤੇ ਚਲੋ ਹੁਣ ਤੁਹਾਨੂੰ ਆਪਾਂ ਚੱਲਦੇ ਸੰਦੌੜ, ਮਿਸਤਰੀਆਂ ਦਾ ਪਤਾ ਕਰਕੇ ਆਉਂਦੇ, ਫਿਰ ਡਬਲ ਪੁਲੀ ਵਾਲਾ ਸਿਸਟਮ ਕਰਾ ਕੇ ਲਿਆਉਂਦੇ ਹਾਂ ਜੌਨ ਡੀਅਰ 'ਤੇ, ਨਾਲੇ ਚੱਕਰ ਨਹੀਂ ਤੋੜੂਗਾ। ਅਤੇ ਮੈਂ ਜੀ ਘਰ ਵਾਪਸ ਆ ਗਿਆ, ਮੈਂ ਪਤਾ ਕਰਿਆ ਆ, ਉਹ ਕਹਿੰਦੇ ਲਿਆ ਉਹ ਟਰੈਕਟਰ ਆਪਾਂ ਕਰ ਦਾਂਗੇ। ਚਲੋ ਹੁਣ ਆਪਾਂ ਲੈ ਕੇ ਚੱਲਦੇ ਹਾਂ, ਪਹਿਲਾਂ ਉਹ ਫੋਰਡ ਪਰੇ ਕਰੀਏ, ਫੋਰਡ ਵਿਚਾਲੇ ਖੜਾ ਗਾ, ਅਤੇ ਇਹਨੂੰ ਪਰੇ ਕਰਕੇ ਫਿਰ ਜੌਨ ਡੀਅਰ ਬਾਹਰ ਕੱਢ ਕੇ ਫਿਰ ਫੋਰਡ ਦੁਬਾਰੇ ਅੰਦਰ ਲਾ ਦਾਂਗੇ, ਹੈ ਨਾ। ਚਲੋ ਕਿਹੜਾ ਖੋਲੀ ਗੇਟ ਮਿੱਤਰੋ, ਫੋਰਡ ਕੱਢਤਾ ਮੈਂ ਬਾਹਰ, ਜੌਨ ਡੀਅਰ ਲੈ ਕੇ ਚੱਲੀਏ। ਅਤੇ ਮਿੱਤਰੋ ਫਿਰ ਫੋਰਡ ਦੁਬਾਰੇ ਅੰਦਰ ਵੀ ਲਾਉਣਾ ਪੈਣਾ, ਹੈ ਨਾ, ਚਾਬੀ ਦੇ ਅੰਦਰ ਹੀ ਪਈ ਆ, ਚੱਕ ਲਿਆਵਾਂ। ਲਓ ਜੀ ਜੌਨ ਡੀਅਰ ਝੋਟੇ ਨੂੰ ਵੀ ਬਾਹਰ ਕੱਢਤਾ, ਅਤੇ ਹੁਣ ਫੋਰਡ ਨੂੰ ਦੁਬਾਰੇ ਅੰਦਰ ਕਰ ਦਈਏ, ਹੈ ਨਾ। ਇਹਦੀ ਜਾਲੀ ਯਾਰ ਕਸਾਂਗੇ, ਉਹ ਤਾਂ ਨਟ ਅੰਦਰ ਪਏ ਆ ਆਪਣੇ, ਲਿਆ ਕੇ ਰੱਖੇ ਹੋਏ ਆ। ਇੱਕ ਵਾਰ ਪਹਿਲਾਂ ਵੀ ਉਹ ਨਟ ਡਿੱਗ ਪਿਆ ਸੀਗਾ, ਤਾਂ ਦੋ ਤਿੰਨ ਲਿਆ ਕੇ ਰੱਖੇ ਹੋਏ ਸੀਗੇ, ਉਹ ਆਪਾਂ ਬਾਅਦ 'ਚੋਂ ਕਸਾਂਗੇ, ਪਹਿਲਾਂ ਜੌਨ ਡੀਅਰ ਦਾ ਕੰਮ ਕਰਾ ਕੇ ਲਈਏ ਨਾ, ਉਹ ਜ਼ਰੂਰੀ ਆ। ਮਿੱਤਰੋ ਮੈਂ ਮੋਟਰ 'ਤੇ ਆਇਆ ਸੀਗਾ, ਟਰੈਕਟਰ ਦਾ ਆਪਣਾ ਉਹ ਖੜਾ ਹੈਗਾ, ਅਤੇ ਇੱਥੇ ਚਾਚਾ ਘਰ ਚਲਾਉਣ ਲੱਗਿਆ, ਅਤੇ ਬਾਕੀ ਹੈ ਨਾ ਉੱਧਰ ਟਰੈਕਟਰ ਤੋਂ ਸਕੈਕ, ਅਤੇ ਉਹਨੂੰ ਕੱਢ ਕੇ ਆਉਣਾ। ਚਲੋ ਚੱਲਦੇ ਹਾਂ, ਉੱਥੇ ਚੱਲਦੇ ਹਾਂ ਅਤੇ ਕੱਢ ਕੇ ਆਉਣਾ ਕੱਦੂ ਜੀ, ਤੁਸੀਂ ਆ ਜਾਏਗਾ, ਆਪਾਂ ਰੋਡ 'ਤੇ ਖੜਾ ਕੇ ਲੰਬਾ ਡੋਜਨ ਪਾ ਲੈਣਾ। ਚਲੋ ਚੱਲੀਏ, ਉਹਦੇ ਵੀ ਵਿਹਲੀ ਖੜੇ ਸੀਗੇ ਆਪਾਂ, ਕਿਸੇ ਦਾ ਹੈਲਪ ਹੀ ਕਰੀਏ ਜੀ, ਹੈ ਨਾ। ਲਓ ਮਿੱਤਰੋ, ਉਹ ਦੇਖੋ ਇਹਨੂੰ ਕੱਢਣਾ ਗਾ ਆਪਾਂ, ਅਤੇ ਉਹਦੇ ਨਾਲ ਪਹਿਲਾਂ ਟਰਾਈ ਕੀਤੀ ਸੀ, ਨਿਕਲਿਆ ਨਹੀਂ ਗਾ, ਅਤੇ ਹੁਣ ਆਪਾਂ ਵਾ ਕੱਢਣ ਲੱਗ ਰਹੇ ਹਾਂਗੇ, ਪਾਉਣੇ ਟੋਚ ਨੂੰ, ਐਂ ਨੂੰ ਹੀ ਨਿਕਲ ਜੂਗਾ ਇਹ ਬਾਅਦ ਚੋਂ। ਬਸ ਥੋੜ੍ਹਾ ਜਿਹਾ ਖਿੱਚ ਕੇ ਜਦੋਂ ਨਾਲ 'ਚ ਲੱਗ ਗਿਆ ਤਾਂ ਇੱਧਰ ਨੂੰ ਵੱਟ ਦਾਂਗੇ। ਮੈਂ ਕਹਿੰਦਾ ਰਹਿਣ ਦਿਓ, ਕਾਹਨੂੰ ਇੱਧਰ ਨੂੰ ਖਿੱਚਣਾ, ਰਹਿਣ ਦਿਓ। ਇੱਕ ਵਾਰ ਜਦੋਂ ਉੱਥੋਂ ਨਿਕਲਿਆ ਤਾਂ ਆਪਦੇ ਆਪ ਵਗ ਜਾਣ ਰਾਈਡਰ ਨੇ, ਪਤਾ ਟੋਚ ਨੂੰ ਕੇ ਰਿਪੋਰਟ ਪਾਸੋਂ ਬੈਕ ਕਰਕੇ। ਬੈਕ ਕਰੀ, ਬੈਕ 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 ਥੋੜ੍ਹਾ ਜਿਹਾ ਕਮਜ਼ੋਰ ਸੀਗਾ, ਹੁਣ ਟੋਜਨ ਨਵਾਂ ਲੈਣ ਗਿਆ, ਫਿਰ ਨਿਕਲ ਜਾਣਾ ਆਰਾਮ ਨਾਲ, ਉਹ ਤਾਂ ਨਿਕਲ ਹੀ ਜਾਣਾ ਆਰਾਮ ਨਾਲ। ਬਸ ਸੜਕ 'ਤੇ ਖੜਾ ਨਾ ਟਰੈਕਟਰ, ਜੇ ਸੜਕ 'ਤੇ ਨਾ ਹੁੰਦਾ ਕੱਦੂ ਜਾਂਦਾ ਫਿਰ ਨਹੀਂ ਨਿਕਲਣਾ। ਆਓ ਜੀ ਮਿੱਤਰੋ, ਕੱਢਤਾ ਆਪਾਂ ਟਰੈਕਟਰ, ਉਹ ਦੇਖੋ ਖੜਾ, ਓਕੇ ਆ ਰਿਪੋਰਟ। ਚਲੋ ਚੱਲੀਏ ਕਹਿਣਾ ਸੰਦੌੜ, ਅਲਟੀਮੇਟਰ ਦਾ ਕੰਮ ਕਰਾ ਕੇ ਲਈਏ। ਲਓ ਜੀ ਪਹੁੰਚ ਗਿਆ ਮੈਂ ਮਿਸਤਰੀ ਲਵੇ, ਅਤੇ ਦੇਖੋ ਤੁਸੀਂ ਬੈਲਟ ਬਹੁਤ ਗਰਮ ਪਈ ਹੈਗੀ,
तो खोलेंगे हम ओरिजिनल बैल्ट ला लिया घरों जाके वो पावे मैं भुल गया लियानी तो उद पुली सिस्टम करते हैं पुलियाँ लैके आनिया पैनिया नवी तो लो जी ट्रैक्टर वो खड़ा गा अपना तो हूँ आप पुली का पता करके आना गा डबल का जो डबल पुली मिल गई तो ठीक आ नहीं मिली डबल पुली तो आप सिंगल पुली ले आवेंगे वह बैल्डिंग करके जगाड़ कर देंगे मिस्त्री तो अपने बंदा देखो कौन आया टैं 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 रॉयल एंट्री आप जाना कितने जाना भाई मलेरकोट ले जाना गा तो काफ़ी टाइम बाद देखे हो तुम हूँ आप गई मेरे को गड्डी आप उधर पार्क करती थी हूँ आप पुली देख आए हैं स्पैशल देखते हैं मिलती है कि नहीं मिलती तीन इंची डबल पुली आई होंगी है भाई ये तो वो खराब तो करनी पैनी आ देखो तुम आह चीज़ हैगी ओके जी बैल्ट तो सेम ही होंगे नहीं हाँ और यार मच जा हो जाएंगे बेहोश ना हो जाइए लो जी पुली तो मिल गई होर गर्मी बहुत तो ये पैना नट नुट जी ठीक है जी मित्रों पुली आप खरीद इन्ना शुक्र पुली मिल गई है ना तो हूँ वह खराद तो आपके आप चाड़ के कर लगे जो कुछ भी करना होगा ना बाकी नट भी दिता उन्होंने ये अपन मिली जी पूरी पूरी 200 की ठीक है 200 की मिली अपन ये तो वधिया अपना 200 च कम सर जाना गा जी इनू बैल्ट पानी आप पानी आपने अल्टीनेटर दूजे तो वह बैल्ट अपन संदौड़ी मिल जानी है लो जी आप पुली लैके पहुँच के मिस्त्री लवे तो मिस्त्री किमें हूँ यदा मतलब बिच बना पेगा जगाड़ ठीक है जाने की खराद तो बनूगा अपने लगे हैगी है ना आई ए फिट हो जाना है ना इदा बिच कस के आ चीज़ आ ब्लेड जे ना बिचों खुरची होगी साइज बनूगा तो वह बनाएंगे मैं तो मित्रों नवी खुशखबरी मिल चुकी है भी मरे को दोबारा जाना पेगा आह पुली का साइज करा के लिया आप देखो जी आह पुली का आप वागू साइज करा के लिया जिदा हाँ ये कुछ ये करता नहीं वह दूजे लोट हाँ नाटका साइज बाकी आह चीज़ आप साइज करा के लिया क्योंकि ये देसी पुली आ तो ये पुली मिलनी नहीं सी आप क्योंकि सिंगल ही आँदी है मैं पता किया तो यदा साइज करा के लाने मेरे को लिया तो फिर आके कसावे फिर कुछ करावे ठीक है तो जल्दी जल्दी चलो हूँ आप मेरे को पहुँच के सू मिलते हैं जी मित्रों आप आ गए थे मेरे को बाकी हूँ इतने कराने अपने पुली का साइज तो मिस्त्री आप किमें मतलब भी ये पुली किमें फिट करा जी बेटा आप फिट करा बोर करा एक पास अंदरला बोर करके आ साइड पुली भी आही बन जूगी अंदरों खुला करके ठीक है जानी कि मतलब सिंपली वांगू सेम बन जूगी ठीक आ बढ़ जाना नहीं ओके ओके जानी कि अपना दूजा अल्टीनेटर भी हूँ सही काम कर लग जू पहला ट्रैक्टर लोड ज्यादा दिखाता सी हाँ जी हूँ नहीं दिखा तो मित्रों देखो बाई उन्होंने साइज बनाता तो हजे गर्म देखो जी सलाह कराता जी ओके रिपोर्ट तो बस हम फिट करते हैं आप है ना जी ऐदा चको करो गलबात लै भी पै गया नट ओके रिपोर्ट पुली वाला तो सही हो गया देखो ओके आ जाव बस नट कसा लीए तो फिर करते हैं गलबात शाम के 6 बजे आप अल्टीनेटर लैके आ गए जी जाने के मिस्त्री हूँ ना मोड़ दियो जी बस कृपा करके मसा ही आए हैं हूँ कस दो मेरा वीर बस वह भी खोल के रखता देख लो तीन अल्टीनेटर ओके करो जी इलाज सारा कुछ हाँ जी हाँ जी कस दो जी ओके रिपोर्ट थोड़ी जी डैक ता मार दो कहते बासल थोड़ी सैट नहीं है जी बिच पाई है माड़ी मोटी तो चल जूगा तो मतलब करा लीए फिट फिर देखते हैं बाद चो की बनता ना की नहीं तो आ बैल्ट लिया के देनी भुल गए घरों चक के लिया चलो अन्न आ वाली ओरिजिनल हाँ वो लिया दिए घरों आप चैक के फिर आप अज तक गेड़ी क्ढी जाने वो सच ना चाचा इन एंड फड़ा आवे वो रख लिया चाचा वह सच अस दसना भुल गए थे अभी होर भी समान लेके आए एक फोर्ड के लिंक वाला वो एक चीज टुट गई एंड जे मंगू ही होंगी हैगी दिखाने की आ चीज़ है जी असं लेके आए ओके आए गलत नहीं है कि यहाँ मतलब बोर यार चूड़ियाँ टूटी हुई ना ना आ दा नहीं बर बोर ये तो बापू बोर ले थोड़ा जो फर्क चल कोई ना देखते हैं बस इन्नी तो ढिल होगा लो जी किराए भी जाके कसी है तो फिर सू आ करता हूँ ठीक है शीशा हिल गया चलो चलिए गाइस
लो जी मित्रों आ गया आपां फोड़ लवे ते सानूं दिखाउने की चीज टुटी आ इहदा ना इतले जिहड़ा पास पैंदा हुंदा ओह चीज ओह टुट गई सीगी ओह लैण लिया के आपां नवीं पाती चा पीता ते हुण इहनूं कसदे आ ते पिन्ना पुन्ना पाउने आ इहदियां ते डैडी भी आ चुके आ गए की गल डैडी ढूही किवें आ मेरी भी नहीं हैगी चाचा इन्ना शुगर तू तवियां ते नहीं चलाया अच्छा की कहना ठंडा पीना लो जी अपनी ओरिजिनल बेल्ट तो आपां लिया के चाढ़ती ਤੇ ਮੈਂ ਘਰੋਂ ਚੱਕ ਲਿਆ ਸੀ ਤੇ ਬਾਕੀ ਆਹ ਵਾਲੀ ਜਿਹੜੀ ਇਹਨੂੰ ਬੈਲਟ ਪੈਣੀ ਆ ਦੋਨਾਂ ਨੂੰ ਇਹ ਬੈਲਟ ਨਵੀਂ ਲਿਆਉਣੀ ਪਊ ਇਹ ਬੈਲਟ ਹੁਣ ਮਿਲੀ ਨਹੀਂ ਸਾਨੂੰ ਮਿਲੂਗੀ ਕੱਲ ਨੂੰ ਨਹੀਂ ਜਾਣਾ ਪਊਗਾ ਮੇਰੇ ਕੋਲੇ ਅਸੀਂ ਕਿਹਾ ਗੇੜਾ ਕੱਲ੍ਹ ਲਾਉਣਾ ਗੇੜੇ ਪਹਿਲੇ ਹੀ ਦੋ ਲੱਗ ਗਏ ਅਤੇ ਹੁਣ ਕੱਲ੍ਹ ਦੀ ਵੇਟ ਕਰਦੇ ਹਾਂ ਜੇ ਤਾਂ ਉਹਨਾਂ ਨੇ ਲਿਆਤੀ ਠੀਕ ਆ ਨਹੀਂ ਫਿਰ ਕੱਲ੍ਹ ਨੂੰ ਮੇਰੇ ਕੋਲੇ ਫਿਰ ਗੇੜਾ ਲਾ ਕੇ ਲੈ ਆਵਾਂਗੇ ਹੈ ਨਾ ਜੀ ਮੈਤਰੀ ਜੀ ਤੁਸੀਂ ਗਲਤ ਗੱਲ ਆਈ ਤੁਹਾਡੀ ਵਾਰੀ ਵਾਰੀ ਭੇਜ ਦਿਓ ਹਰ ਇੱਕ ਸਮਾਨ ਚਲੋ ਕੋਈ ਨਾ ਹੁਣ ਇਹ ਟਾਈਮ 'ਤੇ ਪਤਾ ਲੱਗਣ ਵਾਲੀਆਂ ਗੱਲਾਂ ਨੇ ਯਾਰ ਕਿਉਂਕਿ ਕੀ ਪਤਾ ਵੀ ਕਦੋਂ ਕੀ ਹੋ ਜਾਵੇ ਹੈ ਨਾ ਜੀ ਇਹ ਤਾਂ ਹਾਂ ਨੰਬਰ ਐਂ ਨਿਕਲਣਾ ਸੀਗਾ ਇਹਨੂੰ ਕੱਸ ਕੇ ਅਤੇ ਬਾਕੀ ਚਲੋ ਕੋਈ ਨਾ ਅਤੇ ਆਹ ਕਸਾ ਲਈਏ ਸਾਰਾ ਸਮਾਨ ਜਿਹੜਾ ਵੀ ਖੋਲਿਆ ਆਪਾਂ ਅਤੇ ਫਿਰ ਆਪਾਂ ਚੱਲਦੇ ਹਾਂ ਕਿਹੜਾ ਸਿਸਟਮ ਚਲਾਉਂਦੇ ਹਾਂ ਸਿਸਟਮ ਤਾਂ ਚੱਲੂਗਾ ਜੀ ਬੈਟਰੀਆਂ ਚਾਰਜ ਨੇ ਫੁੱਲ ਜਿੰਨਾ ਟਾਈਮ ਚਲਾਊ ਸੁਣ ਲਾਂਗੇ ਬਾਕੀ ਆਲਟਰਨੇਟਰ ਦੇ ਸਿਰ 'ਤੇ ਆ ਅਲਟਰਨੇਟਰ ਤਾਂ ਬੰਦ ਹੀ ਰਹੂਗਾ ਉਹਨਾਂ ਟਾਈਮ ਦੇਖਦੇ ਹਾਂਗੇ ਵੀ ਅੱਜ ਕਿੰਨਾ ਕੁ ਲੋਡ ਪਾਉਂਦਾ ਹੈ ਨਾ ਜੀ ਇੰਜਣ 'ਤੇ ਨਾਲੇ ਪਤਾ ਲੱਗ ਜੂਗਾ ਨਾ ਵੀ ਅਲਟਰਨੇਟਰ ਦਾ ਚੱਕਰ ਆ ਕੋਈ ਹੋਰ ਚੱਕਰ ਆ ਚੱਲ ਇਹ ਵੀ ਪਤਾ ਲੱਗ ਜੂ ਅੱਜ ਬਿਨਾਂ ਅਲਟਰਨੇਟਰ ਤੋਂ ਜਦੋਂ ਚਲਾਵਾਂਗੇ ਵੱਡੇ ਤੋਂ ਯਾਨੀ ਕਿ ਬੰਦ ਕੀਤਾ ਹੋਇਆ ਹੁਣ ਇੱਕ ਹੋਰ ਗੱਲ ਹੈ ਜੀ ਜੇ ਆਪਾਂ ਖੇਤ ਦਾ ਕੰਮ ਕਰਨਾ ਤਾਂ ਇਹਦੀ ਬੈਲਟ ਲਾ ਦਿਉ ਬੈਲਟ ਲਾ ਦਿਉ ਅਤੇ ਆਪਦਾ ਖੇਤ 'ਚ ਕੰਮ ਕਰ ਲਓ ਡੈੱਕ ਚਲਾਓ ਨਾ ਹੈ ਨਾ ਫਿਰ ਯਾਨੀ ਕਿ ਖੇਤ 'ਚ ਕੰਮ ਕਰ ਸਕਦੇ ਹਾਂ ਆਪਾਂ ਇਹਦੀ ਬੈਲਟ ਲਾ ਦਿਉ ਅਤੇ ਬਾਕੀ ਇਹ ਵਧੀਆ ਚੀਜ਼ ਹੋ ਗਈ ਹੁਣ ਲਓ ਮਿੱਤਰੋ ਆਪਾਂ ਆ ਗਏ ਸੀ ਇੱਥੇ ਪੈਲਸ ਵਾਲੀ ਲੋਕੇਸ਼ਨ 'ਤੇ ਅਤੇ ਇੱਥੇ ਬਣਾਵਾਂਗੇ ਰੀਲਾਂ ਆਪਾਂ ਲੈ ਕੇ ਆਏ ਸੀ ਹਾਵਰਬੋਰਡ ਅਤੇ ਆਪਣੇ ਲੋਕ ਕੈਮਰਾ ਕਿਹੜਾ ਗਾ ਓਕੇ ਕੈਨਨ ਦਾ ਅਤੇ ਬਾਕੀ ਸ਼ੂਟ ਕਰਨਾ ਗਾ ਮੁੰਡਿਆਂ ਨੇ ਅਤੇ ਬਾਕੀ ਹੁਣ ਕਰਾਂਗੇ ਸ਼ੂਟ ਅਤੇ ਤੁਹਾਨੂੰ ਦਿਖਾਉਂਦੇ ਹਾਂ ਨਾਲ ਦੀ ਨਾਲ ਠੀਕ ਆ ਹਾਵਰਬੋਰਡ ਸਹੀ ਚਲਾਇਆ ਦੂਜੀ ਵਾਰ ਹਾਵਰਬੋਰਡ ਨਹੀਂ ਸਹੀ ਆਇਆ ਚਲੋ ਹੁਣੇ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਨਾ ਇੱਕ ਮਿੰਟ ਪਹਿਲਾਂ ਤਾਂ ਖੜਨਾ ਬਹੁਤ ਔਖਾ ਇਹਦੇ ਪੁੱਠਾ ਗਿਆ ਇੱਧਰ ਨੂੰ ਹੈਗਾ ਕਿੱਦਾਂ ਗਾ ਯਾਰ ਇਹ ਕਿੱਧਰ ਨੂੰ ਆ ਦੋਨੇ ਪਾਸੇ ਨਹੀਂ ਸਹੀ ਆ ਦੇਖੋ ਜਿੱਦਾਂ ਪੈਰ ਰੱਖ ਲਿਆ ਨਾ ਹੌਲੀ ਹੌਲੀ ਆਪਾਂ ਤੁਰੀ ਜਾਣਾ ਗਾ ਦੇਖੋ ਏਦਾਂ ਮੂਹਰ ਨੂੰ ਜਾਈ ਜਾਵਾਂਗੇ ਘੁੰਮਣਾ ਗਾ ਤਾਂ ਏਦਾਂ ਆਪਾਂ ਘੁੰਮ ਕੇ ਓਏ ਬਾਹਲੀ ਸਟੇਬਲ ਵੀਡੀਓ ਬਣੂਗੀ ਜੇ ਰੀਲ ਬਣਾਉਣੀ ਆ ਬਾਹਲਾ ਸਟੇਬਲ ਚੱਲਦਾ ਦੇ ਨਾ ਐਂ ਜੇ ਗੋਲ ਗੋਲ ਘੁੰਮਣਾ ਬਹੁਤ ਅੱਛੇ ਬਹੁਤ ਰੱਖ ਲਾ ਰੱਖ ਲਾ ਡਿੱਗੀਆਂ
ਬੈਲਟ ਲਾਉਣਾ ਹੁਣ ਟਰੈਕਟਰ ਪੂਰਾ ਖੁੱਲ ਕੇ ਚੱਲ ਰਿਹਾਗਾ ਪੂਰਾ ਭੱਜ ਰਿਹਾ ਪਹਿਲਾਂ ਭੱਜਦਾ ਨਹੀਂ ਸੀਗਾ ਹੁਣ ਦੇਖਦੇ ਆ ਬੈਲਟ ਪਾ ਕੇ ਕੱਲ ਨੂੰ ਕੀ ਬਣਦਾਗਾ ਤੇ ਮਿੱਤਰੋ ਮੈਂ ਘਰੇ ਤਾਂ ਆ ਗਿਆ ਇੱਕ ਮਿੰਟ ਆ ਦੇਖੋ ਆ ਗਿਆ ਘਰੇ ਟਰੈਕਟਰ ਵੀ ਲਿਆ ਆ ਤੇ ਯਾਰ ਇੰਨਾ ਸਵਾਦ ਆਉਂਦਾ ਹੁਣ ਚਲਾਉਣ 'ਚ ਨਾ ਪਿਕਅਪ ਦੁੱਗਣੀ ਹੋ ਗਈ ਪਹਿਲਾਂ ਨਾਲੋਂ ਪਿਕਅਪ ਦੁੱਗਣੀ ਕਿਉਂ ਹੋ ਗਈ ਕਿਉਂਕਿ ਪਹਿਲਾਂ ਲੋਡ ਪਿਆ ਸੀ ਇੰਜਣ 'ਤੇ ਹੁਣ ਬੈਲਟ ਆਪਾਂ ਕੱਲ੍ਹ ਨੂੰ ਚਾੜ ਕੇ ਦੇਖਾਂਗੇ ਵੀ ਆਪਣਾ ਜਿਹੜਾ ਪਲੈਨ ਆ ਉਹ ਸਕਸੈਸਫੁੱਲ ਹੋਇਆ ਜਾਂ ਨਹੀਂ ਵੀ ਆਪਾਂ ਡਬਲ ਪੁਲੀ ਕਰਕੇ ਉਹ ਸਹੀ ਕੀਤਾ ਠੀਕ ਆ ਪੁਲੀ ਉਹ ਜਾਣੀ ਕਿ ਬੈਲਟ ਆਪਾਂ ਕੱਲ੍ਹ ਨੂੰ ਪਾ ਦਾਂਗੇ ਅਤੇ ਹੁਣ ਮੈਂ ਚੱਲਿਆ ਸੀਗਾ ਗੁਰੀ ਵੀਰੇ ਕੇ ਅੱਜ ਉਹਨਾਂ ਵਰਗਾ ਸੀਗਾ ਅਤੇ ਮੈਂ ਗਿਆ ਨਹੀਂ ਗਾ ਯਾਰ ਮੈਤੋਂ ਪਤਾ ਕੀ ਹੋਇਆ ਸੁਬਹਾ ਮੈਂ ਕਰਨਾ ਸੀ ਵਲੋਗ ਠੀਕ ਆ ਅਤੇ ਵਲੋਗ 'ਚ ਕੋਈ ਪ੍ਰੋਬਲਮ ਆ ਗਈ ਸੀ ਇਸ ਕਰਕੇ ਮੈਤੋਂ ਜਾਇਆ ਨਹੀਂ ਗਾ ਹੁਣ ਮੈਂ ਜਾ ਰਿਹਾ ਗਾ ਦੇਖੋ ਹਨੇਰੇ ਹੋਏ ਕੁਛ ਨਹੀਂ ਹੁੰਦਾ ਆਪਾਂ ਨਾਲੇ ਮੱਥਾ ਟੇਕ ਆਵਾਂਗੇ ਨਾਲੇ ਹੋਰ ਦੇਖ ਲਵਾਂ ਕੰਮ ਕਰ ਜੇ ਕੋਈ ਕਰਾਉਣ ਵਾਲਾ ਹੋਊਗਾ ਤਾਂ ਕੱਲ੍ਹ ਨੂੰ ਤਾਂ ਜਾਣਾ ਹੀ ਆ ਕੱਲ੍ਹ ਨੂੰ ਵੀ ਚੱਲਾਂਗੇ ਅਤੇ ਚਲੋ ਫਿਰ ਗੇੜਾ ਮਾਰ ਕੇ ਆਈਏ ਮਿੱਤਰੋ ਤੁਸੀਂ ਘਰ ਚੈੱਕ ਕਰੋ ਸਿਰਾ ਕਰਾਤਾ ਜੀ ਬਸ ਠੀਕ ਆ ਗੁਰੀ ਵੀਰਾ ਅਤੇ ਮਿੱਤਰੋ ਗੁਰੀ ਕੇ ਘਰੋਂ ਆਪਾਂ ਆ ਗਏ ਸੀਗੇ ਹੁਣ ਲੱਗੇ ਹਾਂ ਤਵੇ ਜੇ ਕੱਢਣ ਇਹਨਾਂ ਦਾ ਕੰਮ ਮੁੱਕ ਗਿਆ ਇੱਧਰ ਕੱਢਣੇ ਆ ਇੱਧਰ ਕੱਢ ਦਿੰਦੇ ਹਾਂ ਚੱਕੋ ਜੀ ਇਹਨਾਂ ਨੂੰ ਕੱਢ ਦਿੰਦੇ ਹਾਂ ਅਤੇ ਟਰੈਕਟਰ ਆਪਾਂ ਉੱਧਰ ਲੈ ਚੱਲਦੇ ਹਾਂ ਦਹੀਂ ਲਾਈਏ ਪਹਿਲਾਂ ਲਓ ਵੀ ਮਿੱਤਰੋ ਫੋੜ ਲੈ ਆਪਾਂ ਇੱਧਰਲੇ ਘਰੇ ਅਤੇ ਬਾਕੀ ਇਹਦੀ ਫਿਟਮੈਂਟ ਆ ਜਿਹੜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕੱਲ੍ਹ ਨੂੰ ਕਰਾਵਾਂਗੇ ਉਹਦੀ ਪੁਲੀ ਵਾਲੀ ਮਤਲਬ ਬੈਲਟ ਪਵਾਉਣੀ ਆ ਬਸ ਇਕੱਲੀ ਅਤੇ ਅੱਜ ਦਾ ਵਲੋਗ ਆਪਾਂ ਉਰੀ ਖਤਮ ਕਰਦੇ ਹਾਂ ਉਮੀਦ ਤੁਹਾਨੂੰ ਪਸੰਦ ਆਇਆ ਹੋਣਾ ਵਲੋਗ ਅਤੇ ਮਿਲਦੇ ਕੱਲ੍ਹ ਨੂੰ ਨਵੇਂ ਵਲੋਗ ਦੇ ਵਿੱਚ ਇਸ ਕਰਕੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਬਾਕੀ ਹੋਵਰਬੋਰਡ 'ਤੇ ਵੀ ਥੋੜ੍ਹੀਆਂ ਕਲਿੱਪਾਂ ਬਣਾਈਆਂ ਸੀਗੀਆਂ ਤੁਸੀਂ ਦੇਖੀਆਂ ਨਾ ਉਹਦਾ ਚਲਾਉਣਾ ਬਹੁਤ ਔਖਾ ਲੱਗਿਆ ਬਾਅਦ 'ਚੋਂ ਮੈਂ ਸਿੱਖ ਗਿਆ ਨਾ ਥੋੜ੍ਹੇ ਟਾਈਮ ਬਾਅਦ ਅਤੇ ਬਾਕੀ ਚਲੋ ਫਿਰ ਹੁਣ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਓਕੇ ਬਾਏ ਇੰਸਟਾਗ੍ਰਾਮ ਆਈ ਡੀ ਫੋਲੋ ਕਰਨਾ ਨਾ ਭੁੱਲਿਓ ਨੂਰਉੱਪਲ 9898 ਅਤੇ ਸੈਕਿੰਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨੂਰਉੱਪਲ ਵਲੋਗਸ ਅਤੇ ਓਕੇ ਬਾਏ